ਜਿਵੇਂ ਨਾ ਸੜਕਾਂ 'ਤੇ ਟ੍ਰੈਫਿਕ ਜਾਮ ਹੋ ਜਾਂਦਾ, ਉਸੇ ਤਰੀਕੇ ਨਾਲ ਇੱਥੇ ਵੀ ਟ੍ਰੈਫਿਕ ਜਾਮ ਹੋ ਜਾਂਦਾ। ਐਸਾ ਹੀ ਹੈ ਨਾ, ਟ੍ਰੈਫਿਕ ਜਾਮ ਹੋ ਜਾਂਦਾ ਹੈ। ਹਾਂ, ਫਿਰ ਕਿਆ ਕਰਤੇ ਹੋ? ਲਾਲ ਬੱਤੀ ਤਾਂ ਲੱਗੀ ਨਹੀਂ ਹੈ, ਨਾ ਲਾਲ ਨਾ ਪੀਲੀ, ਕੁਛ ਵੀ ਨਹੀਂ ਚਲਤੇ। ਇੱਕ ਪਾਣੀ ਕੀ ਬੋਤਲ ਦੇਣਾ। ਨਹੀਂ, ਅਭੀ ਤੋ ਟਾਈਮ ਕਮ ਹੈ, ਤੋ ਹਮ ਯਹੀ ਕਰੇਂਗੇ, ਪਾਣੀ ਕੀ ਬੋਤਲ ਦੇ ਦਿਓ ਇੱਕ। ਇੰਡੀਆ ਵਿੱਚ ਸਿਰਫ ਇੱਕ ਹੈ ਜੇ, ਸਿਰਫ ਸਿਰਫ ਇੱਕੋ ਹੀ ਹੈ ਇੰਡੀਆ ਦੇ ਵਿੱਚ, ਜਿਵੇਂ ਸਾਨੂੰ ਉਹਨਾਂ ਨੇ ਦੱਸਿਆ ਡਾਕਘਰ। ਯਾਰ ਦੇਖੋ ਤਾਂ ਸਹੀ, ਇਹ ਵੱਡੀ ਗੱਲ ਹੈ ਕਿ ਸ਼੍ਰੀਨਗਰ ਦੀ ਖੂਬਸੂਰਤੀ ਆ, ਕਮਾਲ ਦੀ ਗੱਲਬਾਤ ਆ। ਇੰਨਾ ਕੋਲ ਚਾਏ ਹੈ, ਚਾਏ ਚਾਏ ਪੀਂਦੇ ਹਾਂ। ਰੁਕਣਾ ਵੇ, ਚਾਏ ਚਾਏ ਪੀਓਗੇ? ਨਹੀਂ ਨਹੀਂ, ਆਪ ਪੀਓ ਤੇ ਨਾ ਚਾਏ। ਇੱਦਾਂ ਫਲੋਟਿੰਗ ਮਾਰ ਤੈਰਦੇ ਹੋਏ ਆ ਗਏ, ਤੀਨ ਕੱਪ ਬਣਾ ਦੇਣਾ। ਇਹ ਆਪਾਂ ਨਾ ਡਲਚੀਲ ਵਾਲੇ ਪਾਸੇ ਤੈਰਦੇ ਹੋਏ ਫਲੋਟਿੰਗ ਮਾਰਕੀਟ 'ਚ ਆ ਚੁੱਕੇ ਹਾਂ। ਮੈਂ ਸਾਰੀਆਂ ਮਾਰਕੀਟਾਂ ਤੈਰ ਵੀ ਸਕਦੇ ਹਾਂ, ਮਤਲਬ ਉਸ ਤਰੀਕੇ ਢਾਂਚੇ ਬਣੇ ਹੋਏ ਆ, ਖੇਤੀਬਾੜੀ ਵੀ ਇੱਥੇ ਹੁੰਦੀ, ਇੱਥੋਂ ਬਣੀਆਂ ਹੋਈਆਂ ਚੀਜ਼ਾਂ ਇੱਥੇ ਮਾਰਕੀਟ ਜਾਂਦੀ ਕੀ ਆ। ਜ਼ਿਆਦਾਤਰ ਇੱਥੇ ਦੇਵਦਾਰ ਦੀ ਲੱਕੜੀ ਵਰਤੀ ਗਈ ਆ। ਆਹ ਏਰੀਏ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਈ ਹੋਟਲ ਵੀ ਹੈ, ਕਹਿ ਲਓ ਕਿ ਜਿਵੇਂ ਸਮੁੰਦਰੀ ਜਹਾਜ਼ ਹੁੰਦੇ ਆ ਨਾ, ਉਹ ਹਿਸਾਬ ਕਿਤਾਬ ਦਾ ਮਤਲਬ ਮਾਹੌਲ ਆ। ਐਕਸੀਡੈਂਟ ਇਹਨਾਂ ਦੇ ਵੀ ਹੋ ਜਾਂਦੇ ਆ, ਮਸਾਂ ਬਚੇ ਆ, ਟਕਰਾਅ ਹੋ ਗਿਆ ਸੀ ਇਹਦੇ ਨਾਲ। ਆ ਜਿਵੇਂ ਗੰਢੇ ਗੁੰਢੇ ਸਬਜ਼ੀ ਸੁਬਜ਼ੀ ਖਰੀਦ ਕੇ ਚੱਲੇ ਆ, ਟਮਾਟਰ ਟਮੂਟਰ, ਤਾਂ ਇਦੋਂ ਬਿਨਾਂ ਉਹ ਉਹਦੇ ਫੁੱਲਾਂ ਵਾਲਾ ਆ ਗਿਆ, ਉਹਦੇ ਫੁੱਲ ਖੂਬਸੂਰਤ ਫੁੱਲ ਆ ਇੱਦਾਂ ਮਤਲਬ। ਲੈ ਫਿਰ ਦਰਸ਼ਕੋ, ਆਪਾਂ ਹੁਣ ਡੱਲ ਝੀਲ 'ਚ ਸਫ਼ਰ 'ਤੇ ਚੱਲੇ ਹਾਂ, ਸ਼ਿਕਾਰਾ ਆਪਾਂ ਕਰ ਲਿਆ ਵਾ। ਆ ਜਾਓ ਗੋਪੀ ਵੀਰੇ, ਅਤੇ ਆ ਜਾਓ ਇੱਧਰ ਫਲੋਟਿੰਗ ਮਾਰਕੀਟ, ਔਰ ਇੱਕ ਉਹ ਟਾਪੂ ਹੈ ਨਾ, ਇੱਕ ਪੋਸਟ ਮਤਲਬ ਦਿਖਾ ਦੇ, ਇੱਕ ਲੱਕੜੀ ਕਾ ਬ੍ਰਿਜ ਵੀ ਆਏਗਾ ਰਸਤੇ ਮੇ, ਉਹ ਨਹੀਂ ਆਏਗਾ? ਠੀਕ, ਉਹ ਕੌਣ ਸੀ ਘਾਟ ਪਿਆਤਾ ਹੈ? ਹਾਂ ਹਾਂ ਹਾਂ, ਲੱਕੜੀ ਕਾ ਦੂਰ ਹੈ ਨਾ। ਅੱਛਾ ਦੂਰ ਹੈ, ਚਲੋ ਕੋਈ ਬਾਤ ਨਹੀਂ, ਆਹ ਫਲੋਟਿੰਗ ਮਾਰਕੀਟ ਵਗੈਰਾ ਜੀ ਸਭ ਘੁਮਾ ਦਿਓ, ਆਪਾਂ 1200 'ਚ ਗੱਲ ਕਰ ਲਈ ਤਿੰਨਾਂ ਦੀ। ਆ ਜਾਓ ਆ ਜਾਓ, ਹਾਂ ਲੱਕੜੀ ਦਾ ਪੁਲ ਜਿਹਾ ਬਣਿਆ ਹੋਇਆ ਇਸਮੇ, ਆਓ ਆਓ ਬਈ ਆਓ ਆਓ, ਧੰਨਵਾਦ ਸਰ, ਸ਼ੁਕਰੀਆ। ਵਾਹ, ਅੱਜ ਦੀ ਖੂਬਸੂਰਤੀ ਦੇਖੋ ਕਿੰਨੀ ਆ ਯਾਰ ਇਹਦੇ ਵਿੱਚ, ਹਾ 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 ਹਾ, ਸ਼ਾਹੀ ਠਾਠ ਪਾਠ ਨਾਲ ਇੱਥੇ ਆਪਾਂ ਬਹਿ ਗਏ ਹਾਂ, ਗੋਪੀ ਵੀਰਾਂ ਨਾਲ ਆ, ਅਤੇ ਬੂਟ ਵੀ ਉਤਾਰ ਸਕਦੇ ਹਾਂ, ਪੈ ਵੀ ਸਕਦੇ ਹਾਂ, ਅਤੇ ਬਹੁਤ ਘੈਂਟ ਨਜ਼ਾਰਾ। ਹੁਣ ਆਪਾਂ ਸਫ਼ਰ ਵੱਲ ਨੂੰ ਚੱਲਾਂਗੇ, ਆ ਜਾਓ ਕਿਰਾਂ ਚੱਲ ਗਈ। ਆਹ ਦੇਖੋ ਡੱਲ ਝੀਲ ਦਾ ਨਜ਼ਾਰਾ, ਇਹ ਸ਼ਿਕਾਰਾ ਕਹਿੰਦੇ ਆ ਇਹਨੂੰ, ਇਹ ਕਸ਼ਮੀਰ ਦੀ ਦੂਸਰੀ ਸਭ ਤੋਂ ਵੱਡੀ ਝੀਲ ਆ ਜੀ, ਦੂਸਰੀ ਬੜੀ ਝੀਲ ਹੈ ਜੇ, ਇਹ ਦੂਜੀ ਸਭ ਤੋਂ ਵੱਡੀ ਝੀਲ ਆ ਸ਼ਿਕਾਰੇ, ਇੱਦਾਂ ਕਰਕੇ ਸਫ਼ਰ ਤੈਅ ਕਰਦੇ ਆ। ਫੀਲ ਤਾਂ ਤਕੜਾ ਵਾ, ਪਾਣੀ ਤਾਂ ਮੈਨੂੰ ਤਾਂ ਗੰਦਾ ਜਿਹਾ ਹੀ ਲੱਗਦਾ ਵਾ, ਤਾਂ ਪਾਣੀ ਇਹ ਆ ਵੀ ਇੱਕ ਫੀਲ ਹੁੰਦਾ ਸ਼ਿਕਾਰੇ ਵਾਲਾ, ਤਾਂ ਇੱਕ ਬਹੁਤ ਸੋਹਣਾ 1500 ਮੰਗਿਆ ਸੀ, 1200 ਕਹਿੰਦੇ ਦੇ ਦਿਓ, ਅਤੇ ਮੈਂ ਕਿਹਾ ਵੀ ਚਲੋ ਦੇ ਦਿਓ ਹੈ ਨਾ। ਆਹ ਦੇਖੋ ਇੱਧਰਲੇ ਪਾਸੇ, ਉੱਥੇ ਵੀ ਇਹ ਫਲੋਟਿੰਗ ਹਾਊਸ ਨੇ, ਮਤਲਬ ਉਹਨਾਂ ਘਰਾਂ ਦੇ ਵਿੱਚ ਵੀ ਤੁਸੀਂ ਚਾਹੋ ਤਾਂ ਰਹਿ ਸਕਦੇ ਹੋ। ਅਤੇ ਇੱਧਰਲੇ ਪਾਸੇ ਪਹਾੜੀਆਂ ਆ ਗਈਆਂ ਹੈ ਨਾ, ਤਾਂ ਇੱਧਰ ਇੱਕ ਤਾਂ ਠੰਡਕ ਮਹਿਸੂਸ ਹੋ ਰਹੀ ਹੈ, ਪਾਣੀ ਦੇ ਵਿੱਚ ਜਾ ਰਹੇ ਹਾਂ ਹੈ ਨਾ, ਪਰਲੇ ਪਾਸੇ ਤਾਂ ਗੋਪੀ ਵੀਰੇ ਦਿਖਾ ਦਿਓ ਕੈਮਰਾ ਕਰਕੇ ਵੀ ਕਿਸ ਤਰੀਕੇ ਨਾਲ ਨੋਕ ਜੀ ਦੇ ਸ਼ਾਨਦਾਰ ਨਜ਼ਾਰਾ ਤੁਹਾਨੂੰ ਨਜ਼ਰ ਆਜੂਗਾ। ਦੇਖਿਓ ਕਿਰਾਂ ਕਮਾਲ ਦਾ ਵਿਊ ਤੁਹਾਨੂੰ ਨਜ਼ਰ ਆਊਗਾ ਇੱਧਰਲੇ ਪਾਸੇ, ਅਤੇ ਪੰਛੀ ਪਰਿੰਦੇ ਬੋਲ ਰਹੇ ਆਪਾਂ ਨੂੰ, ਫਲੋਟਿੰਗ ਪੋਸਟ ਆਫਿਸ ਵੀ ਦਿਖਾਉਣਗੇ ਜਿਹੜਾ ਕਿ ਤੈਰਦਾ ਹੋਇਆ ਕਹਿ ਸਕਦੇ ਹਾਂ ਕਿ ਪੋਸਟ ਆਫਿਸ, ਡਾਕਘਰ ਵੀ ਤੁਹਾਨੂੰ ਸਾਫ਼ ਤੌਰ 'ਤੇ ਨਜ਼ਰ ਆਜੂਗਾ, ਵਾਦੀਆਂ ਦੇ ਵਿੱਚ ਘੁੰਮ ਰਹੇ ਹਾਂ ਇਸ ਵਕਤ। ਅਤੇ ਦਰਸ਼ਕ ਇੱਧਰਲੇ ਪਾਸੇ ਨਾ ਫਲੋਟਿੰਗ ਪੋਸਟ ਆਫਿਸ ਆ ਗਿਆ, ਮੇਰੇ ਖਿਆਲ 'ਚ ਇੰਡੀਆ ਦੇ ਵਿੱਚ ਸਿਰਫ ਇੱਕੋ ਹੀ ਆ ਇਹ ਜਿਹੜਾ ਫਲੋਟਿੰਗ ਤੈਰਦਾ ਹੋਇਆ, ਮਤਲਬ ਕਹਿ ਸਕਦੇ ਹਾਂ ਕਿ ਡਾਕਘਰ। ਆਹ ਦੇਖ ਫਲੋਟਿੰਗ ਇਹ ਤੁਰ ਰਿਹਾ ਵਾ ਇਸ ਵਕਤ, ਆ ਨਾ ਤੁਰਦਾ ਨਹੀਂ, ਮਤਲਬ ਵਿੱਚ ਖੜਾ ਵਾ, ਇਹਨੂੰ ਤੈਰ ਕੇ ਜਿੱਧਰ ਮਰਜ਼ੀ ਲਿਜਾ ਸਕਦੇ ਹੋ, ਨਾਲ ਛੋਟੀਆਂ ਛੋਟੀਆਂ ਬੇੜੀਆਂ ਬੰਨੀਆਂ ਹੋਈਆਂ ਨਜ਼ਰ ਆ ਜਾਣਗੀਆਂ। ਉੱਤੇ ਲਿਖਿਆ ਹੋਇਆ ਨਹਿਰੂ ਪਾਰਕ, ਨਹਿਰੂ ਪਾਰਕ ਪਾਰਕ ਲਿਖਿਆ ਹੋਇਆ। ਅੱਛਾ, ਅਤੇ ਆਹ ਫਲੋਟਿੰਗ ਪੋਸਟ ਆਫਿਸ ਮਤਲਬ ਕਿ ਤੈਰਦਾ ਹੋਇਆ,
ਪੋਸਟ ਆਫਿਸ ਇੰਡੀਆ ਵਿੱਚ ਸਿਰਫ ਇੱਕ ਹੈ ਜੇ, ਸਿਰਫ ਇੱਕੋ ਹੀ ਹੈ ਇੰਡੀਆ ਦੇ ਵਿੱਚ, ਜਿਵੇਂ ਸਾਨੂੰ ਉਹਨਾਂ ਨੇ ਦੱਸਿਆ ਡਾਕਘਰ। ਯਾਰ ਦੇਖੋ ਤਾਂ ਸਹੀ, ਇਹ ਵੱਡੀ ਗੱਲ, ਇੱਕ ਸ਼੍ਰੀਨਗਰ ਦੀ ਖੂਬਸੂਰਤੀ ਆ, ਕਮਾਲ ਦੀ ਗੱਲਬਾਤ ਆ। ਅਤੇ ਇੱਕ ਆਪਾਂ ਖੂਬਸੂਰਤ ਸਫ਼ਰ ਦੇ ਵੱਲ ਚੱਲੇ ਹਾਂ, ਅਤੇ ਆ ਜੋ ਇੱਧਰਲੇ ਪਾਸੇ ਹੋਰ ਦੇਖਦੇ ਜਾਂਦੇ ਹਾਂ। ਬਿਊਟੀ ਦੇਖੋ ਕਿੰਨੀ ਆ ਯਾਰ, ਕਮਾਲ ਦੇ ਸ਼ਿਕਾਰੇ ਆ। ਅਤੇ ਗੁਰਬੀਰ ਇੱਦਾਂ ਕਰਕੇ ਵੀ ਉਹ ਦਿਖਾਇਓ, ਫੜਾਇਓ ਮੈਨੂੰ ਕੈਮਰਾ ਇੱਧਰਲੇ ਪਾਸੇ, ਆਪਾਂ ਦਿਖਾ ਦਈਏ ਵੀ ਕਿੰਨੀ ਖੂਬਸੂਰਤੀ ਆ। ਦੇਖੋ ਇਹ ਡੱਲ ਝੀਲ ਦਾ ਨਜ਼ਾਰਾ ਤੁਹਾਨੂੰ ਨਜ਼ਰ ਆਊਗਾ, ਆਹ ਦੇਖਿਓ ਕਿਰਾਂ, ਕਮਾਲ ਦਾ ਵਿਊ ਇੱਧਰਲੇ ਪਾਸੇ ਦੇਖੋ, ਸ਼ਾਨਦਾਰ ਨਜ਼ਾਰਾ ਨਜ਼ਰ ਆਊਗਾ। ਦੇਖਿਓ ਕਿਰਾਂ, ਇਹ ਡੱਲ ਝੀਲ ਆ ਇਹ, ਅਤੇ ਇਹਦੇ ਵਿੱਚ ਹੁਣ ਆਪਾਂ ਨੂੰ ਫਲੋਟਿੰਗ ਮਾਰਕੀਟ ਵੀ ਕਹਿੰਦੇ ਲੈ ਕੇ ਜਾਵਾਂਗੇ। ਕੁਝ ਕਿਸ਼ਤੀਆਂ ਇਸ ਟਾਈਪ ਦੀਆਂ ਵੀ ਹੈਗੀਆਂ, ਨਿੱਕੀਆਂ ਨਿੱਕੀਆਂ, ਹਨਾ, ਅਤੇ ਕੁਝ ਫਿਰ ਸ਼ਿਕਾਰੀ ਇਸ ਟਾਈਪ ਦੇ ਵੀ ਹੈਗੇ, ਜਿਹਦੇ ਵਿੱਚ ਆਪਾਂ ਬੈਠੇ ਹਾਂ, ਇਹੋ ਜਿਹਾ ਸ਼ਿਕਾਰ ਆਪਣੇ ਵਾਲਾ ਇਹ। ਇੱਥੋਂ ਆਪਾਂ ਹੁਣ ਨਹਿਰੂ ਪਾਰਕ ਕੋਲ ਆ ਗਏ, ਆ ਪੰਡਿਤ ਜਵਾਹਰ ਲਾਲ ਨਹਿਰੂ ਨੇ, ਹਾਂਜੀ, ਡੱਲ ਲੇਕ ਦੇ ਵਿੱਚ ਨਹਿਰੂ ਪਾਰਕ ਆ ਜਿਹੜਾ ਜਵਾਹਰ ਲਾਲ ਨਹਿਰੂ ਨੇ ਬਣਵਾਇਆ ਸੀਗਾ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ। ਹਾਂ ਬਿਲਕੁਲ, ਕਹਿੰਦੇ ਵੀ ਜੇ ਕੋਈ ਜਾਣਾ ਚਾਹੁੰਦੇ ਨਾ ਸ਼ਿਕਾਰਿਆਂ ਦੇ ਉੱਤੇ ਹੀ ਇੱਥੇ ਜਾ ਸਕਦੇ ਹੋ। ਵੈਸੇ ਦੂਜੀਆਂ ਬੋਟਿੰਗ, ਦੂਜੀਆਂ ਬੋਟਾਂ ਵੀ ਹੈਗੀਆਂ ਵਾ, ਆਪਣਾ ਇੰਜਣ 'ਤੇ ਚੱਲਣ ਵਾਲੀਆਂ ਵੀ, ਉਹ ਵੀ ਨਜ਼ਰ ਆ ਜਾਣਗੀਆਂ। ਵਿੱਚ ਮਾਰਕੀਟ ਵੀ ਇੱਦਾਂ ਆ ਜਾਂਦੀ ਆ, ਹਾਂਜੀ, ਹੁੱਕਾ ਨਹੀਂ, ਹੁੱਕੇ ਵਾਲੇ ਨਹੀਂ ਇਹ। ਹਮ ਆਹ ਦੇਖੋ ਇੱਦਾਂ ਸਮਾਨ ਵੇਚਦੇ ਹੋਏ ਰਾਹ ਦੇ ਵਿੱਚ ਨਜ਼ਰ ਆ ਜਾਣਗੇ। ਦੇਖੋ ਕਹਿੰਦਾ ਵੀ ਹੁੱਕਾ ਹੱਕਾ, ਕੋਈ ਹੋਰ ਵੀ ਸਮਾਨ ਕਈ ਰੱਖੀ ਬੈਠੇ ਆ। ਖੈਰ ਆਪਾਂ ਇਹ ਚੀਜ਼ਾਂ ਵਾਲੇ ਹੈ ਨਹੀਂ ਗੇ ਤਾਂ, ਪਰ ਜਿਹਨੂੰ ਸਹੂਲਤ ਪੂਰੀ ਦਿੰਦੇ ਆ ਇਹ। ਆਹ ਦੇਖੋ ਕਿਰਾਂ, ਲੈ ਕਮਾਲ ਦੀ ਬਿਊਟੀ, ਆਹ ਚੱਪੂ ਜੇ ਬਹੁਤ ਘੈਂਟ ਆ, ਲੈ ਬਹੁਤ ਘੈਂਟ ਗੱਲਬਾਤ ਆ, ਵੀ ਸਿਰਾ ਗੱਲਬਾਤ ਆ। ਤਕਰੀਬਨ 1200-1300 ਸ਼ਿਕਾਰੇ ਇਸ ਏਰੀਏ ਦੇ ਵਿੱਚ ਪਏ ਜਾਂਦੇ ਆ, ਇਸੇ 1200-1300 ਸ਼ਿਕਾਰੇ ਹੈਗੇ ਨੇ। ਅਤੇ ਆਹ ਦਰਸ਼ਕ ਜਿਹੜੇ ਹੈਗੇ, ਮੇਨ ਡੱਲ ਲੇਕ ਆ ਗਈ ਆ, ਇੱਥੇ ਮਿਸ਼ਨ ਕਸ਼ਮੀਰ ਫਿਲਮ ਦੀ ਵੀ ਸ਼ੂਟਿੰਗ ਹੋਈ ਸੀ ਗੁੱਪੀ, ਪਰ ਇੱਧਰ ਦੀ ਦਿਖਾ ਦਿਓ ਮਾੜਾ ਜਿਹਾ। ਅਤੇ ਜਿਹੜੀ ਮਗਰਲੇ ਪਾਸੇ ਉਹ ਪਹਾੜ ਰੇਂਜ ਹੋਣਗੇ, ਜ਼ਬਰਬਾਨ, ਮਤਲਬ ਪਹਾੜੀ ਰੇਂਜ ਆ ਗਈ ਹੈ, ਜ਼ਬਰਬਾਨ ਭਾਦੇ ਪਹਾੜ ਨੇ ਸਾਰੇ। ਇੱਦਾਂ ਕਸ਼ਮੀਰੀ ਕਾਹਵਾ ਵਗੈਰਾ ਵੀ, ਕਾਹਵਾ ਮੇਰੇ ਖਿਆਲ 'ਚ ਸਿਆਲਾਂ 'ਚ ਜ਼ਿਆਦਾ ਵਧੀਆ ਹੁੰਦਾ, ਕਿਉਂਕਿ ਗਰਮੀ ਇੱਥੇ ਮਹਿਸੂਸ ਕਰ ਰਹੇ ਹਾਂ ਅਸੀਂ, ਜ਼ਿਆਦਾ ਗਰਮ ਹੋਊਗਾ, ਇਸ ਕਰਕੇ ਆਪਾਂ ਉਹ ਪੀਤਾ ਨੀਗਾ। ਆਹ ਦੇਖੋ ਇਸ ਫੋਟੋਗ੍ਰਾਫੀ ਵੀ ਨਾਲ ਦੀ ਨਾਲ ਚੱਲੀ ਜਾਂਦੀ ਆ, ਅਤੇ ਮਿਸ਼ਨ ਕਸ਼ਮੀਰ ਫਿਲਮ ਇਸ ਥਾਂ 'ਤੇ ਬਣੀ ਸੀ। ਇੱਧਰਲੇ ਪਾਸੇ ਪਹਾੜ ਦਿਖਾ ਦਿਓ, ਇਹ ਜਿਹੜੀ ਹੈਗੀ ਆ ਨਾ ਸਾਰੀ, ਇਹ ਜੰਮ ਜਾਂਦੀ ਆ, ਮਤਲਬ ਝੀਲ ਬਰਫ਼ ਦੇ ਨਾਲ ਇਹ ਬਿਲਕੁਲ ਜੰਮ ਜਾਂਦੀ ਆ ਇਹ। ਇੱਥੇ ਫਿਰ ਉੱਤੋਂ ਖੇਡਦੇ ਆ ਜਵਾਕ ਵਗੈਰਾ, ਹੈ ਨਾ, ਇੰਜੋਏ ਕਰਦੇ ਆ ਲੋਕ, ਇਹ ਹਿਸਾਬ ਕਿਤਾਬ ਦਾ ਇੱਥੇ ਖੂਬਸੂਰਤ ਮਾਹੌਲ ਹੁੰਦਾ ਵਾ। ਅਤੇ ਸਰ ਜਹਾਂ ਖੜਾ ਹੋ ਜਾਊਂ ਮੈਂ, ਓਕੇ, ਇੱਥੋਂ ਆਏ ਖੜ ਕੇ ਵੀ ਆਪਾਂ ਇੰਜੋਏ ਕਰ ਸਕਦੇ ਹਾਂ। ਹਾਂ ਅਤੇ ਬਹੁਤ ਘੈਂਟ ਇੱਥੋਂ ਦਾ ਸ਼ਾਨਦਾਰ ਵਿਊ ਨਜ਼ਾਰਾ ਆ ਰਿਹਾ ਗੋਪੀ ਵੀਰੇ, ਸਹੀ ਦੇਖਿਓ ਇੱਥੇ ਬਹੁਤ, ਇੱਥੇ ਖੜ ਕੇ ਜਾਂ ਤਾਂ ਸਵਾਦ, ਇੱਕ ਬਹੁਤ ਵੱਖਰਾ ਘੈਂਟ ਫੀਲਿੰਗ ਵਾਲਾ ਕੰਮ ਆ ਇੱਥੇ। ਆ ਯਾਰ ਕਮਾਲ ਦੀ ਬਿਊਟੀ ਆ, ਬਹੁਤ ਖੂਬਸੂਰਤ ਹਨ, ਸ਼ਿਕਾਰੇ ਕਾਫੀ ਨੇ। ਆਹ ਹੈਗੀ ਮੇਨ ਡੱਲ ਝੀਲ, ਬਹੁਤ ਇਹ ਅਸਲ ਦੇ ਵਿੱਚ ਤਿੰਨ ਥਾਵਾਂ ਤੋਂ ਪਹਾੜਾਂ ਦੇ ਨਾਲ ਤਿੰਨ ਥਾਵਾਂ 'ਤੇ ਟੱਚ ਕਰਦੀ ਆ। ਕੋਈ ਛੋਟਾ ਇਹ ਰਕਬਾ ਨਹੀਂ, ਏਰੀਆ ਨੀਗਾ ਇਹ, ਬਹੁਤ ਵੱਡਾ ਏਰੀਆ ਇਹ ਜਿਹੜਾ ਹੈਗਾ ਝੀਲ ਵਾਲਾ, ਇਹ ਕਾਫੀ ਵੱਡਾ ਏਰੀਆ ਵਾ, ਖੂਬਸੂਰਤ। ਇਸ ਸਿਕਿਉਰਿਟੀ ਦਾ ਵੀ ਬਹੁਤ ਪ੍ਰਬੰਧ ਆ, ਉਹ ਹੈਲੀਕਾਪਟਰ ਗੇੜੇ ਮਾਰ ਰਿਹਾ। ਇਦੋਂ ਪਹਿਲਾਂ ਮਤਲਬ ਹਰ ਥਾਂ ਚੈਕਿੰਗ ਹੁੰਦੀ ਆ ਹਰ ਇੱਥੇ, ਕਹਿੰਦਾ ਇੱਦਾਂ ਕਰਕੇ ਹਵਾਈ ਸਰਵੇਖਣ ਵੀ ਚੱਲੀ ਜਾਂਦੇ ਆ ਇੱਥੇ। ਸਾਨੂੰ ਫੌਜ ਇੱਥੇ ਚੱਪੇ ਚੱਪੇ 'ਤੇ ਖੜ੍ਹੀ ਹੋਈ ਨਜ਼ਰ ਆਜੂਗੀ, ਥਾਂ ਥਾਂ 'ਤੇ ਫੌਜ ਖੜ੍ਹੀ ਆ, ਪਰ ਉਹ ਆਮ ਬੰਦਿਆਂ ਲਈ ਬਹੁਤ ਸਹੀ ਆ, ਗਲਤ ਬੰਦਿਆਂ ਲਈ ਤਾਂ ਜਿਵੇਂ ਹੁੰਦੀ ਹੋਈ ਆ, ਮਤਲਬ ਆਮ ਬੰਦੇ ਨੂੰ ਬਹੁਤ ਸਕੂਨ ਮਿਲਦਾ, ਠੀਕ ਆ, ਕੋਈ ਹੈਲਪਫੁੱਲ ਨੇ। ਮੈਂ ਇੱਥੇ ਦੇਖਿਆ ਵੀ ਕਸ਼ਮੀਰ ਦੇ ਵਿੱਚ ਕਿਤੋਂ ਵੀ ਅਸੀਂ ਰਾਹ ਵੀ ਪੁੱਛਿਆ ਨਾ ਮਾੜਾ ਜਿਹਾ, ਪਹਿਲਗਾਮ ਵੀ ਜਾ ਕੇ ਆਏ, ਹੋਰ ਵੀ ਥਾਵਾਂ 'ਤੇ ਜਾ ਕੇ ਆਏ ਹਾਂ, ਉੱਥੇ ਸਾਨੂੰ ਕਹਿੰਦੇ ਸੀ ਚਾਏ ਪੀ ਜੀ, ਕਹਾਂ ਸੀ ਪੰਜਾਬ 'ਚ, ਜੋ ਪੰਜਾਬ ਦਾ ਨਾਂ ਲੈਂਦੇ ਜਾਂ ਗੱਡੀ ਦਾ ਨੰਬਰ ਦੇਖ ਲੈਂਦੇ ਸੀ, ਤਾਂ ਉਹ ਤਕਰੀਬਨ ਕਹਿੰਦੇ ਹੁੰਦੇ ਸੀ ਸਾਡਾ ਤੁਹਾਡੇ ਨਾਲ ਜ਼ਿਆਦਾ ਨੇੜਤਾ ਵਾ ਪੰਜਾਬ ਵਾਲਿਆਂ ਨਾਲ, ਤਾਂ ਚਾਹ ਪਾਣੀ ਪੁੱਛੇ ਤਾਂ ਜਦ ਕਰਦੇ ਸੀ ਚਾਹ ਪਾਣੀ ਪੀ ਕੇ ਜਾਓ। ਮਤਲਬ ਇਹੋ ਜਿਹਾ ਮਾਹੌਲ ਸੀਗਾ, ਮਤਲਬ ਪੰਜਾਬ ਦੇ ਲੋਕਾਂ ਦੀ ਖਾਸ ਤੌਰ 'ਤੇ ਮੈਂ ਦੱਸਣਾ ਭਾਵ ਸੀ ਕਿ ਇਹ ਇੱਜ਼ਤ ਕਰਦੇ ਨੇ ਲੋਕ, ਬਹੁਤ ਨਰਮ ਦਿਲ ਨੇ ਜਿਸ ਤਰੀਕੇ ਦਾ, ਕਿਉਂਕਿ ਮੈਂ ਪਿੰਡਾਂ 'ਚ ਵੀ ਗੁਜ਼ਰ ਕੇ ਆਇਆ ਵਾਂ,
ਜਦੋਂ ਮੈਂ ਆਪਾਂ ਅਨੰਤਨਾਗ ਸਾਈਡ ਤੋਂ ਪਹਿਲਗਾਮ ਸਾਈਡ ਤੋਂ ਮੈਂ ਆਪਣਾ ਇੱਧਰ ਨੂੰ ਆਉਣਾ ਸੀਗਾ ਅਵੰਤੀਪੁਰਾ, ਉਸ ਥਾਂ ਉਸ ਪਿੰਡਾਂ ਥਾਣੀ ਮੈਂ ਹੋ ਗਿਆ ਸੀ। ਮੈਂ ਕਿਹਾ ਪਿੰਡਾਂ ਦਾ ਮਾਹੌਲ ਤਾਂ ਦੇਖਾਂ, ਲੋਕਾਂ 'ਚ ਬਹੁਤ ਨਿਮਰਤਾ ਜੀ ਸੀ ਨਜ਼ਰ ਆਈ ਮੈਨੂੰ, ਮੈਨੂੰ ਚੰਗਾ ਲੱਗਿਆ ਇਹ। ਜਿਸ ਹਿਸਾਬ ਦਾ ਮਾਹੌਲ ਬਣਾਇਆ ਜਾਂਦਾ ਨਾ, ਉਸ ਹਿਸਾਬ ਦਾ ਮਾਹੌਲ ਨਹੀਂ, ਖੂਬਸੂਰਤੀ ਆ। ਠੀਕ ਆ ਕਿ ਕਦੂਕਾ ਘਟਨਾਵਾਂ ਹੁੰਦੀਆਂ ਰਹਿੰਦੀਆਂ, ਦੁਨੀਆ ਦੇ ਕਿਸੇ ਵੀ ਕੋਨੇ 'ਤੇ ਹੋ ਸਕਦੀਆਂ ਹੁੰਦੀਆਂ ਨਾ, ਅਮੈਰੀਕਾ ਵਰਗੀਆਂ ਦੇਸ਼ਾਂ 'ਚ ਵੀ ਹੁੰਦੀਆਂ, ਪਰ ਜਿਹੜੀ ਖੂਬਸੂਰਤੀ ਆ ਇੱਥੋਂ ਦੀ, ਉਨੀ ਖੂਬਸੂਰਤੀ ਇੱਥੋਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਹੈਗੀ ਆ। ਦਰਸ਼ਕੋ ਜਿਹੜਾ ਉਹ ਪਹਾੜੀ 'ਤੇ ਮਹਿਲ ਆ ਨਾ, ਰਾਜਾ ਕਰਨ ਸਿੰਘ ਦਾ ਮਹਿਲ ਆ, ਜਿਹੜਾ ਕਿ ਆਖਰੀ ਰਾਜਾ ਜੰਮੂ ਕਸ਼ਮੀਰ ਦਾ ਹੋਇਆ ਵਾ, ਹਰੀ ਸਿੰਘ ਉਹਦਾ ਮੁੰਡਾ ਸੀ, ਡਾਕਟਰ ਕਰਨ ਸਿੰਘ ਉਹਦਾ ਮਹਿਲ ਆ। ਅਤੇ ਜਬਰਵਾਨ ਦੀਆਂ ਪਹਾੜੀਆਂ ਤਿੰਨ ਚਾਰ ਪਾਸਿਓਂ ਤੋਂ ਲੱਗਦੇ ਆ, ਮਤਲਬ ਅਲਪਾਈਨਸ ਦੇ ਟ੍ਰੀ, ਮੈਂਡੋਸ ਵਗੈਰਾ ਇਹ ਦਰਖਤ ਨੇ ਇੱਥੇ ਜ਼ਿਆਦਾਤਰ। ਆ ਬੈਜ਼ਿੰਗ ਬੋਟ ਕਹਿੰਦੇ ਆ ਇਹਨਾਂ ਨੂੰ, ਇੱਥੇ ਮਤਲਬ ਕੋਈ ਦੂਜੀਆਂ ਰਾਈਡ ਵਗੈਰਾ ਕਰਨੀਆਂ, ਸਕੈਟਿੰਗ ਵਗੈਰਾ ਕਰਨੀ ਆ, ਹੈ ਨਾ, ਕਈ ਕੁਛ ਇੱਥੇ ਬਰਫ ਵਾਲੀਆਂ ਖੇਡਾਂ ਤੁਸੀਂ ਇੱਥੇ ਕਰ ਸਕਦੇ ਹੋ। ਅੱਛਾ, ਸੁਬਹ ਲੱਗਦਾ ਸ਼ਾਮ ਕੋ ਘਰੇ? ਕਹਿੰਦਾ ਵੀ ਸ਼ਾਮ ਦੇ ਵੇਲੇ ਇਹ ਘਰੇ ਲੈ ਜਾਂਦੇ ਆ, ਤਾਂ ਸਵੇਰ ਵੇਲੇ ਇੱਥੇ ਆ ਜਾਂਦੇ, ਅਤੇ ਇੱਦਾਂ ਕਰਕੇ ਫਿਰ ਇੱਥੇ ਕੋਈ ਮਤਲਬ ਇੱਕ ਕਿਸਮ ਦਾ ਬਣਿਆ ਤਾਂ ਪ੍ਰੋਜੈਕਟ ਆ, ਹੋਟਲ ਦੇ ਟਾਈਪ ਆ ਇਹ, ਮਾ ਜਿਹੜਾ ਢਾਂਚਾ ਵਾ। ਇਹ ਲੱਕੜੀ ਕਿਸ ਕਾ ਬਣਾ ਹੋ ਜੋ ਦਿਲਦਾਰ ਦਿਦਾ ਕੀ ਕਹਿੰਦੇ ਦੇਵਦਾਰ, ਦੇਵਦਾਰ ਦੀ ਲੱਕੜੀ ਦੇ ਨਾਲ ਬਣੇ ਹੋਏ। ਇਸੀ ਇਹ ਕਿਤਨੀ ਲਾਈਫ ਹੋਤੀ, ਇਸ ਕੀ ਉਮਰ ਕਿਤਨੀ ਹੋਤੀ? 25 ਸਾਲ ਤੱਕ, 20-25 ਸਾਲ ਤੱਕ ਦੀ ਲਾਈਫ ਹੁੰਦੀ ਆ, ਦੇਵਦਾਰ ਦੀ ਲੱਕੜੀ ਦੇ ਬਣੇ ਹੋਏ ਆ। ਨਹੀਂ ਤਾਂ ਮੈਂ ਕਿਹਾ ਪਾਣੀ 'ਚ ਤਾਂ ਗਲ ਸਕਦੇ ਸੀ, ਇਸ ਕਰਕੇ ਮਜ਼ਬੂਤੀ ਇਹਨਾਂ ਦੇ ਵਿੱਚ, ਖੂਬਸੂਰਤੀ ਵੀ ਆ, ਮਜ਼ਬੂਤੀ ਵੀ ਆ। ਡੱਲ ਝੀਲ ਕਮਾਲ, ਜੰਮੂ ਕਸ਼ਮੀਰ ਟੂਰ ਦੇ ਉੱਤੇ ਆਪਾਂ, ਕਮਾਲ ਦਾ ਨਜ਼ਾਰਾ। ਇੱਕ ਪਾਣੀ ਕੀ ਬੋਤਲ ਦੇਣਾ? ਨਹੀਂ ਅਭੀ ਤੋ ਟਾਈਮ ਕਮ ਹੈ, ਤੋ ਹਮ ਯਹੀ ਕਰੇਂਗੇ, ਪਾਣੀ ਕੀ ਬੋਤਲ ਦੇ ਦਿਓ ਇੱਕ। ਹਾਂਜੀ, ਅੱਜ ਆ ਲੋਕਲ ਲੋਕਲ ਆਪਕੇ ਜਹਾਂ ਘੁੰਮੇਂਗੇ, ਪਾਣੀ ਦੀ ਬੋਤਲ ਆਪਾਂ ਮੰਗਾ ਲਈ ਆ, ਦੇਖੋ ਰੇਟ ਦਾ ਕੀ ਫਰਕ ਹੋਊਗਾ। ਹਾਂ ਬਿਲਕੁਲ, ਦੇਖ ਲਿਆ ਮੈਂ, ਦੇਖ ਲਿਆ ਦੇਖ ਲਿਆ। ਕਿਤਨੇ ਕੀ? 30 ਰੁਪਈਆਂ ਦੇ। ਓਹੋ, ਉਹ ਜੇ ਕਿਆ? ਅੱਛਾ, ਲਹਿਰ ਸੀ ਉਹ ਤਾਂ, ਠੀਕ ਹੈ ਠੀਕ ਹੈ। 30 ਰੁਪਈਆਂ ਦੀ ਬੋਤਲ, ਮਤਲਬ ਠੀਕ ਹੈ, ਛੁੱਟੇ ਦੇਖਦੇ ਪੈਸੇ। ਆਪਾਂ ਨਾ ਡੱਲ ਝੀਲ ਦੇ ਵਿੱਚ ਹਾਂ, ਜੰਮੂ ਕਸ਼ਮੀਰ ਟੂਰ 'ਤੇ, ਤੈਰਦੇ ਹੋਏ ਖੇਤ ਲੈ ਕੇ ਦਿਖਾਉਣੇ ਆ ਤੁਹਾਨੂੰ, ਜਿੱਥੇ ਖੇਤ ਤੈਰ ਰਹੇ ਆ, ਨਾਲ ਦੀ ਨਾਲ ਰੈਸਟੋਰੈਂਟ ਵਗੈਰਾ ਆ ਗਏ। ਅੱਜ ਅਸੀਂ ਡੱਲ ਸ਼੍ਰੀਨਗਰ ਦੇ ਵਿੱਚ ਹਾਂ, ਇਹ ਇੱਥੇ ਖੇਤ ਤੈਰਦੇ ਹੋਏ ਆ, ਉਹਦੇ ਮਾਤਾ ਇੱਕ ਪੱਠੇ ਵੱਢੀ ਜਾਂਦੇ, ਉਹ ਸਾਹਮਣੇ ਨਜ਼ਰ ਆ ਰਹੇ, ਗੁੱਪੀ ਜੂਮ ਕਰਕੇ ਦਿਖਾ ਦਿਓ। ਇਹ ਖਾਸ ਗੱਲ ਸੀ ਨਾ, ਟਾਪੂ ਦੀ ਤਰ੍ਹਾਂ ਵਾ ਝੀਲ ਦੇ ਵਿੱਚ, ਇਹ ਏਰੀਆ ਸਾਰਾ ਉਸ ਸਿਆਲਾਂ 'ਚ ਤਾਂ ਬਰਫ਼ ਨਾਲ ਜੰਮ ਜਾਂਦਾ, ਜਨਜੀਵਨ ਇਹਨਾਂ ਦਾ ਕਿਸ਼ਤੀਆਂ ਦੇ ਰਾਹੀਂ ਹੋਈਆਂ, ਇੱਧਰ ਉੱਧਰ ਜਾ ਕੇ ਹੀ ਮਤਲਬ ਗੁਜ਼ਾਰਾ ਕਰਦੇ ਆ। ਜਿਹੜੇ ਖੇਤ ਆ, ਜਦੋਂ ਕਈ ਵਾਰੀ ਫਸਲ ਬੀਜੀ ਹੁੰਦੀ ਸੀ ਤਾਂ ਰੱਸਿਆਂ ਨਾਲ ਬੰਨਣੇ ਪੈਂਦੇ ਸੀ, ਨਹੀਂ ਤਾਂ ਕੀ ਕਰਦੇ ਸੀ ਲੋਕ ਨਾ, ਖੋਲ੍ਹ ਕੇ ਖੇਤ ਹੀ ਹੋਰ ਥਾਂ ਲੈ ਜਾਂਦੇ ਸੀ, ਮਤਲਬ ਵੀ ਬਣੇ ਤਣੇ ਖੇਤ ਹੀ ਚੋਰੀ ਹੋ ਜਾਂਦੇ ਹੁੰਦੇ ਸੀਗੇ। ਅੱਜ ਉੱਧਰਲੇ ਪਾਸੇ ਚੱਲਦੇ ਹੋ, ਉਹਦੇ ਮਾਤਾ ਪੱਠੇ ਵੱਢੀ ਜਾਂਦੀ ਰਹੀ ਹੈ, ਹੈ ਨਾ। ਜੀਵਨ ਔਖਾ, ਆਪਾਂ ਨੂੰ ਇੱਕ ਅੱਧਾ ਦਿਨ ਰਹਿਣਾ ਇੱਥੇ, ਠੀਕ ਆ ਕਿ ਆ ਗਏ ਹਾਂ, ਇੰਜੋਏ ਆ, ਹੈ ਨਾ, ਠੀਕ ਆ, ਅਤੇ ਪਰ ਊਂ ਜਨਜੀਵਨ ਔਖਾ ਵਾ। ਜਿਹੜੀ ਇਹ ਝੀਲ ਆ, ਇਹ ਤਕਰੀਬਨ ਦੱਸਿਆ ਜਾਂਦਾ ਵੀ ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਆ। ਇੱਧਰਲੇ ਪਾਸੇ ਚੱਲੇ, ਇਸ ਤਰਫ ਕਰਨਾ, ਇਸ ਤਰਫ, ਇਸ ਤਰਫ, ਕਿਸ ਤਰ੍ਹਾਂ ਖੇਤ ਖੇਤ ਦੇਖਣਾ ਹੈ, ਇਸ ਤਰਫ ਕਰਨਾ। ਡਰਾਈਵਰ ਨੂੰ ਆਪਾਂ ਆਖਿਆ, ਇਹ ਆਪਾਂ ਨੂੰ 1500 ਮੰਗਦਾ ਸੀਗਾ, 1200 ਦੇ ਵਿੱਚ ਮਿਲ ਗਈ ਤਿੰਨਾਂ ਜਣਿਆਂ ਨੂੰ। ਇਹ ਸਾਰਾ ਖੇਤ ਕਿਆ ਬੀਜਾ ਇਸਵੇਂ? ਇੱਥੇ ਨਾ ਕਮਲ ਕੱਕੜੀ ਕਾ ਕਹਿ ਦਿੰਦੇ ਆ ਇਹਨੂੰ, ਕਮਲ ਦੇ ਫੁੱਲਾਂ ਦੀ ਖੇਤੀ ਹੁੰਦੀ ਆ, ਆਲੂ ਗੋਭੀ ਟਮਾਟਰ ਵਗੈਰਾ ਵੀ ਇਸ ਤਰੀਕੇ ਨਾਲ ਲਾ ਲੈਂਦੇ ਆ। ਇਹ ਕਿ ਚੱਲਦਾ ਫਿਰਦਾ ਖੇਤ ਆ, ਇਹ ਤਕਰੀਬਨ 20-50 ਫੁੱਟ ਦੀ ਡੂੰਘਾਈ 'ਤੇ ਆ ਇਹ।
ਇੱਧਰ ਆ ਜਿਵੇਂ ਪੱਠੇ ਬੀਜੇ ਸੀ ਮਾਤਾ ਪੱਠੇ, ਅਬ ਕਿਸ ਤਰਫ਼ ਜਾਣਾ, ਇਸ ਤਰਫ਼ ਜਾਣਾ, ਵਾਪਸ ਜਾਣਾ, ਅਸੀਂ ਤਾਂ ਚਲੋ ਉਸ ਤਰਫ਼ ਚਲੋ ਚਲੋ ਚਲਤੇ ਜਾਓ। ਇਸਕੀ ਚਟਾਈ ਬਣਤੀ ਆ ਆਹ ਜਿਹੜੀ ਆਹ ਵੱਢ ਰਹੇ ਆ ਨਾ, ਮੈਂ ਕਹਿੰਦੇ ਪੱਠੇ ਆ ਪਰ ਇਹ ਅਸਲ ਦੇ ਵਿੱਚ ਚਟਾਈਆਂ ਬਣਦੀਆਂ ਇਹ ਚੀਜ਼ ਦੀਆਂ। ਉਹ ਦੇਖੋ ਕਿਸ਼ਤੀ ਸਾਰੀ ਭਰ ਲਈ ਉਹਨਾਂ ਨੇ, ਗੁੱਪੀ ਰਹਿ ਰਿਹਾ ਸਹੀ ਕਿਸ਼ਤੀ ਉਹ ਸਾਰੀ ਭਰ ਲਈ ਆ। ਦੇਖੋ ਮਾਤਾ ਪੱਠੇ ਵੱਢੀ ਜਾ ਰਹੀ ਆ, ਹੈ ਨਾ, ਇਹ ਤੈਰਦੇ ਹੋ ਜਿਵੇਂ ਇੱਕ ਸ਼ਿਕਾਰਾ ਤੈਰਦਾ ਵਾ ਉਸੇ ਤਰੀਕੇ ਦੇ ਨਾਲ ਹੀ ਇਹ ਖੇਤ ਵੀ ਤੈਰਦੇ ਆ, ਪਰ ਇਹਨਾਂ ਨੂੰ ਰੱਸੇ ਪਾ ਕੇ ਬੰਨ੍ਹ ਕੇ ਰੱਖਿਆ ਜਾਂਦਾ। ਹੁਣ ਆਪਾਂ ਘੁਮਾ ਕੇ ਇੱਧਰ ਖੇਤ ਇਸ ਤਰਫ਼ ਚੱਲਾਂਗੇ ਇੱਧਰ। ਹਾਂ ਅੱਛਾ, ਬਤਾਨਾ ਕਿਆ ਬਾਤ ਥੀ ਇਸਕੀ? ਇਹ ਗਾਂਵ ਵਾਲੇ ਕੀ ਹੈ? ਅੱਛਾ, ਯਾ 12 ਮਹੀਨਾ ਕੰਮ ਇਸਕਾ ਹੋਤਾ ਹੈ, 6 ਮਹੀਨੇ ਕਾ ਕੜਾਈ ਕਾ ਕੰਮ ਹੋਤਾ ਹੈ, 6 ਮਹੀਨਾ ਹੈ ਖੇਤੀ ਬਾੜੀ ਕਾ ਹੋਤਾ ਹੈ। ਔਰ ਇਹ ਸਮਝੇ ਜਬ ਖੇਤ ਹੋਤੇ ਹੈ ਨਾ, ਇਸਕੇ ਆਪਣੇ ਨਾਂ ਸੇ ਆਤੇ ਫਿਰ ਖੇਤ ਕਾਟਤੇ ਹੈ। ਔਰ ਇਹ ਮਿੱਟੀ ਹੈ ਨਾ ਪਾਣੀ ਕੇ ਅੰਦਰ, ਯੇ ਕਿਆ ਇਸਕੋ ਖਾਦ ਬਣਤੀ ਹੈ ਜੀ, ਜੋ ਪਾਣੀ ਕੇ ਅੰਦਰ ਮਿੱਟੀ ਹੈ। ਹਾਂ ਯੇ ਖਾਦ ਬਣਤੀ ਹੈ, ਇਸਕੇ ਉਪਰ ਫਿਰ ਸੁਕਾਤਾ ਹੈ ਧੂਪ ਸੇ, ਫਿਰ ਇਹ ਖਾਦ ਕੋ ਲਗਾਤੇ ਹੈ, ਖਾਦ ਕੋ ਬਣਤੇ ਫਿਰ ਜ਼ਮੀਨ ਕੋ ਲਗਾ, ਜ਼ਮੀਨ ਕੋ ਫਿਰ ਉਹ ਉਗਾਤਾ ਹੈ ਸਬਜ਼ੀ। ਸਹੀ, ਬਹੁਤ ਬੜੀ ਬਾਤ ਹੈ। ਔਰ ਇਹ ਸਮਝੋ, ਯੇ ਸਮਝੋ ਅੰਦਰ ਜਬ ਯਹਾਂ ਬਰਫ਼ ਗਿਰਤੇ ਯਹਾਂ ਕੇ ਅਵਰੋਧ ਲੋਕ ਕਿਆ ਕਰਤੇ ਹੈ, ਯਹਾਂ ਵੋ ਸ਼ਾਲ ਸਾੜੀ ਬੈਡ ਕਵਰ ਨਮਦਾ ਕਾਲੀ ਬਣਾਤੇ ਹੈ ਜੀ, ਔਰ ਯਹਾਂ ਕੀ ਫਲੋਟਿੰਗ ਮਾਰਕੀਟ ਹੈ ਨਾ, ਵਹੀਂ ਬੇਚਤੇ ਹੈ, ਵਹਾਂ ਬੇਚਦੇ, ਵਹਾਂ ਜਹਾਂ ਹੀ ਉਗਾ ਕਰ ਵਹੀਂ ਬੇਚ ਦੇਤੇ ਹੈ। ਹਾਂ ਯਹੀਂ ਬੇਚਤੇ, ਯਹਾਂ ਯਹਾਂ ਕੜਾਈ, ਯਹਾਂ ਕੜਾਈ ਕਰਤਾ ਹੈ, ਵਹਾਂ ਬੇਚਤੇ ਹੈ। ਹਾਂ, ਮਤਲਬ ਇੱਕ ਦੁਨੀਆ ਅਲੱਗ ਸੇ ਬਣੀ ਹੋਈ ਹੈ ਯਹਾਂ। ਹਾਂਜੀ ਹਾਂਜੀ, ਦੇਖੋ ਦਰਸ਼ਕੋ, ਇੱਥੇ ਖੇਤ ਵੀ ਸੀਗੇ ਜਿਹੜੇ ਪੱਠੇ ਵਗੈਰਾ ਵੱਢ ਰਹੇ ਸੀ ਨਾ ਉੱਧਰਲੇ ਪਾਸੇ, ਤਾਂ ਇੱਧਰਲੇ ਹੁਣ ਆਪਾਂ ਫਲੋਟਿੰਗ ਮਾਰਕੀਟ ਵਾਲੇ ਪਾਸੇ ਇੱਥੇ ਸਾਰਾ ਉਗਾਉਂਦੇ ਆ, ਅਤੇ ਇੱਥੇ ਨਾਲ ਮਾਰਕੀਟ ਉੱਥੇ ਵੇਚ ਦਿੰਦੇ ਆ। ਜਿਵੇਂ ਕਿ ਉਹ ਮਾਤਾ ਕੁਛ ਨਾ ਕੁਛ ਸਮਾਨ ਰਾਸ਼ਨ ਲੈਣ ਆਈ ਹੋਣੀ ਉੱਧਰਲੇ ਪਾਸੇ, ਹੈ ਨਾ, ਰਾਸ਼ਨ ਵਗੈਰਾ ਲੈਣ ਆਈ ਹੋਊਗੀ। ਉਹ ਦੇਖੋ ਉਹ ਅੱਡਾ ਜਿਹਾ ਬਣਾ, ਬੱਸ ਸਟੈਂਡ ਹੀ ਮੰਨ ਲਓ, ਜਿਵੇਂ ਬੋਟ ਅੱਡਾ ਮੰਨ ਲਓ। ਹਾਂ, ਇਹ ਸਮਝੋ ਇਸਕਾ ਇਹ ਨਾ ਆਨੇ ਜਾਣੇ ਕਾ, ਇਹ ਸਮਝੋ ਗਾੜੀ ਹੈ। ਹਾਂ, ਇਹ ਆਪਣਾ ਗਾੜੀ 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 ਮੈਂ ਇਸੇ ਵੀ ਸਕੂਲ ਜਾਣਾ ਹੋਗਾ, ਮਾਰਕੀਟ ਜਾਣਾ ਹੋਗਾ, ਇਸੀ ਮੈਂ ਜਾਤੇ ਹੈ। ਬਸ ਯਹੀ ਹੈ ਸਭ ਕੋ। ਇੱਕ ਘਰ ਮੈਂ ਕਿਤਨੀ ਕਿਤਨੀ ਹੁੰਦੀ ਹੋਤੀ ਹੋਗੀ? ਕਿਸਕਾ? ਦੋ ਚਾਰ ਚਾਰ ਹੋਤੀ ਹੋਗੀ ਇਸ ਤਰ੍ਹਾਂ ਕੀ ਨਾਓ? ਹਾਂ, ਨਾਓ ਹੋਤੇ, ਚਾਰ ਵੀ ਹੋਤੇ, ਤੀਨ ਵੀ ਹੋਤੇ, ਦੋ ਵੀ ਹੋਤੇ। ਮਤਲਬ ਜਿਸਕੇ ਪਾਸ ਜ਼ਿਆਦਾ ਨਾਓ ਹੈ ਜੋ ਜ਼ਿਆਦਾ ਅਮੀਰ ਹੋਗਾ। ਹਾਂ, ਜ਼ਿਆਦਾ ਅਮੀਰ ਹੋਗਾ। ਬਿਲਕੁਲ, ਜਿਹਦੇ ਕੋਲ ਜ਼ਿਆਦਾ ਕਿਸ਼ਤੀਆਂ ਉਹ ਪੂਰਾ ਜ਼ਿਆਦਾ ਅਮੀਰ ਮੰਨਿਆ ਜਾਊਗਾ। ਔਰ ਇਹ ਦੇਖੋ, ਔਰ ਇਹ ਪੱਤਾ ਹੈ ਨਾ ਪਾਣੀ ਕੇ ਅੰਦਰ, ਹਾਂ ਹਾਂ, ਇਸਕੋ ਬੋਲਦੇ ਹੈ ਕਮਲ ਕੀ ਫੁੱਲ, ਵਾਟਰ ਲਿਲੀ ਫੁੱਲ ਨਿਕਲਤੇ, ਉਹ ਦੇਖੋ ਪਿੰਕ ਔਰ ਵਾਈਟ ਨਿਕਲਤੀ ਹੈ। ਜਬ ਸਵੇ ਸਭ ਜਬ ਸਵੇ ਸੂਰਜ ਨਿਕਲਤੇ ਹੈ ਨਾ, ਉਹ ਆਪਣੇ ਖੁੱਲ ਜਾਤੇ ਹੈ, ਜਬ ਸੂਰਜ ਜਮਨਾ ਤੋ ਉਹ ਬੰਦ, ਉਸਕੋ ਬੋਲਤਾ ਹੈ ਸੂਰਜ ਮੁਖੀ, ਰਾਤ ਕੀ ਦਿਖੀ ਦਿਨ ਮੇਂ ਸੁਖੀ ਜੀ। ਬਿਲਕੁਲ, ਮੱਛੀ ਵੀ ਹੁੰਦੀ ਹੋਗੀ ਯਹਾਂ? ਹਾਂ, ਇਸਮੇ ਮੱਛੀ ਵੀ ਹੈ। ਮਤਲਬ ਕਰਤੇ ਹੋ, ਪਕੜਦੇ ਹੋ ਮੱਛੀ? ਹਾਂ, ਯਹਾਂ ਯਹਾਂ ਕੇ ਯਹਾਂ ਲੋਕ ਇਸਕਾ ਮੱਛੀ ਪਕੜ ਜ਼ਾਲ ਡਾਲਤਾ ਹੈ, ਸ਼ਾਮ ਕੋ ਸਵੇ 5 ਵਜੇ ਉਠਾਤਾ ਹੈ ਫਿਰ। ਸਹੀ ਸਹੀ ਸਹੀ, ਚਲੋ ਅਗਲੇ ਪਾਸੇ ਚੱਲਦੇ ਹਾਂ। ਆਹ ਜਿਹੜੇ ਬਗਲੇ ਵਗੈਰਾ ਜੋ ਪੱਛੀ ਉਹ ਪਕੜ ਰਿਹਾ, ਉਹ ਮੱਛੀ ਖਾਤਾ ਹੈ। ਹਾਂ 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 ਹਾਂ, ਉਹਦਾ ਝਪੱਟ ਮਾਰ ਕੇ ਨਾ ਮੱਛੀ ਐਂ ਕਰਕੇ ਜਿਹੜੇ ਤਾਂ ਲੈ ਕੇ ਆ ਆਊਗਾ ਆਊਗਾ ਮਾਰੂ ਝੁੱਟ ਆ ਗਿਆ 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 ਬਗਲੇ, ਮਤਲਬ ਫੁਰਤੀ ਵਾਲਾ ਕੰਮ ਹੀ ਆ ਜਿਹੜੇ ਤਾਂ ਮੈਂ ਬਾਜ ਆ ਜਿਹੜੇ ਉਹ ਉੱਤੋਂ ਛਾਲ ਮਾਰਦੇ ਥੱਲੋਂ ਇੱਕ ਤਾਂ ਡਿਪ ਕਰਕੇ ਚੱਕ ਕੇ ਲੈ ਜਾਂਦੇ ਆ। ਜਿਹੜੇ ਆਹ ਆ ਗਏ ਨਾ ਹੋਟਲ ਵਗੈਰਾ ਆ ਗਏ, ਇਹਨਾਂ ਦਾ ਕਿਰਾਇਆ ਪਹਿਲਾਂ ਬੁੱਕ ਵਗੈਰਾ ਕਰਾਉਣਾ ਪੈਂਦਾ, 5-6 ਹਜ਼ਾਰ ਕਿਰਾਇਆ ਦੱਸਦੇ ਆ, ਅਤੇ ਪਹਿਲਾਂ ਬੁੱਕ ਕਰਾਉਣੇ ਪੈਂਦੇ ਅਲੱਗ ਅਲੱਗ ਆ, ਜਿਵੇਂ ਕਲੱਬ ਮਹਿੰਦਰਾਲੇ ਆ ਗਏ, ਇਹਨਾਂ ਦਾ ਤਾਂ ਪ੍ਰੋਜੈਕਟ ਹੀ ਬਹੁਤ ਮਹਿੰਗਾ ਹੁੰਦਾ, ਹੈ ਨਾ। ਇਸ ਤਰੀਕੇ ਦੇ ਨਾਲ ਮਤਲਬ ਇੱਥੇ ਕਮਰੇ ਲੈ ਸਕਦੇ ਹੋ, ਤੁਹਾਨੂੰ ਮਤਲਬ ਰਿਹਾਇਸ਼ ਮਿਲ ਜੂਗੀ। ਮਤਲਬ ਵੱਡੇ ਵੱਡੇ ਬਿਜ਼ਨਸਮੈਨਾਂ ਨੇ ਇੱਥੇ ਇਹ ਚੀਜ਼ਾਂ ਪਾਈਆਂ ਹੋਈਆਂ ਨੇ, ਹੋਟਲ ਪਾਏ ਹੋਏ, ਰੈਸਟੋਰੈਂਟ ਪਾਏ ਹੋਏ ਆ, ਤਾਂ ਇੱਥੇ ਆ ਕੇ ਰਹਿੰਦੇ ਆ, ਹੈ ਨਾ। ਪਹਿਲਾਂ ਬੁਕਿੰਗ ਹੋ ਜਾਂਦੀ, ਜਿਵੇਂ ਆਪਣੇ ਵਰਗੇ ਨਾ ਮੌਕੇ ਦੀ ਪਲੈਨ ਬਣਨਾ ਹੁੰਦਾ ਅਤੇ ਆਪਣੇ ਲਈ ਥੋੜ੍ਹੀ ਜਿਹੀ ਪੋਸੀਬਿਲਟੀ ਘੱਟ ਜਾਂਦੀ ਆ, ਅਤੇ ਇਸ ਤਰੀਕੇ ਦਾ ਮਾਹੌਲ ਆ। ਮਤਲਬ ਆਲਮੋਸਟ ਸਾਰੇ ਇਹ ਫੁੱਲ ਹੀ ਆ, ਨਜ਼ਰ ਆਉਣਗੇ ਸਾਨੂੰ, ਸਾਰੇ ਭਰੇ ਹੋਏ ਆ ਇਹ ਸਾਰੇ। ਇੱਦਾਂ ਕਰਕੇ ਉੱਥੇ ਸਮਾਨ ਲੈਣਾ ਕਰਨਾ ਤਾਂ ਇੱਦਾਂ ਦੀਆਂ ਚੀਜ਼ਾਂ ਵੀ ਇੱਥੋਂ ਮਿਲ ਜਾਣੀ। ਕਿਤਨੇ ਕੁ ਆ ਜੇ? 280, ਮਤਲਬ 250, ਪਰ ਥੋੜ੍ਹਾ ਜਿਹਾ ਮਹਿੰਗਾ ਹੁੰਦਾ ਇਹਨਾਂ ਕੋਲ ਸਮਾਨ, ਬਟ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ, ਅਤੇ ਥੋੜ੍ਹਾ ਜਿਹਾ ਮਹਿੰਗਾ ਮਹਿੰਗਾ। ਹਾਂਜੀ,
ਬਸ ਥੈਂਕ ਯੂ ਕੱਟ ਲਿਓ। ਹੁਣ ਨਾ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਡਲ ਝੀਲ ਦੇ ਵਿੱਚ ਫਲੋਟਿੰਗ ਮਾਰਕੀਟ ਆ ਗਈ, ਤੈਰਦੀ ਹੋਈ ਮਾਰਕੀਟ। ਇਹਨਾਂ ਕੋਲ ਚਾਏ ਹੈ, ਚਾਏ ਚਾਏ ਪੀਂਦੇ ਹਾਂ। ਰੁਕਣਾ ਵੇ, ਚਾਏ ਚਾਏ ਪੀਓਗੇ? ਨਹੀਂ ਨਹੀਂ ਆਪ ਪੀਓ ਤੇ ਨਾ ਚਾਏ ਹਮਲੇ। ਇੱਦਾਂ ਫਲੋਟਿੰਗ ਮਾਰਕੀਟ ਤੈਰਦੇ ਹੋਏ ਆ ਗਏ। ਤੀਨ ਕੱਪ ਬਣਾ ਦੇਣਾ, ਕਿਤਨੇ? 50 ਪਈਏ, 50 ਇਹਨਾਂ ਨੂੰ ਦੇ ਦਈਏ। ਅਤੇ ਬਣਾ ਕੇ ਰੱਖ ਘੈਂਟ ਜੀ ਚਾਹ ਹੈਗੇ ਟੁੱਟੇ। ਲੈ ਕਿਉਂ ਸੋਨੀ ਤੇਰੀ ਕਾਹਵਾ, ਮੈਂ ਕਹਿੰਦਾ ਗਰਮ ਹੁੰਦਾ ਹੈ ਨਾ, ਕਾਹੇ ਕਾਹਵਾ ਗਰਮ ਹੋਤਾ ਹੈ? ਵੋ ਆਪਕੇ ਲਈ ਠੀਕ ਹੈ। ਅੱਜ ਫਲੋਟਿੰਗ ਮਾਰਕੀਟ ਦੇ ਵਿੱਚ ਪਹਿਲੀ ਸ਼ੁਰੂਆਤ ਆਪਣੀ ਚਾਹ ਤੋਂ ਹੋਈ ਆ। ਲਓ ਜੀ ਅਸਰ ਜਾਂ ਰੱਖ ਦੂੰ, ਮਤਲਬ ਤਾਂ 50 ਬੋਲਾ ਥਾ, 50 ਬੋਲਾ ਮੈਂ, 1 ਕੱਪ, 1 ਕੱਪ ਕਾ 50 ਠੀਕ ਹੈ। ਮਾਰਕੀਟ ਘੁੰਮਾਂਗੇ, ਚਾਹ ਠੀਕ ਹੀ ਆ। ਸੋਨੀ ਦੀ ਰੀਤ ਸੀ ਵੀ ਐਂ ਚਾਹ ਪੀਣੀ ਆ। ਕੇਸਰ ਨਹੀਂ ਥੈਂਕ ਯੂ, ਕੇਸਰ ਵਾਲੇ ਪੁੱਛਣ ਵਾਲੇ ਨਹੀਂ ਜੀ ਨਹੀਂ ਥੈਂਕ ਯੂ, ਕੇਸਰ ਪੰਪੋਰ ਤੋਂ ਲਵਾਂਗੇ, ਪੰਪੋਰ ਮਸ਼ਹੂਰ ਆ ਤਾਂ ਅਤੇ ਉੱਥੋਂ ਆਪਾਂ ਕੇਸਰ ਵਗੈਰਾ ਲਵਾਂਗੇ। ਕੇਸਰ ਬਦਾਮ ਵਗੈਰਾ ਇੱਥੋਂ ਆਡਰ ਗਿਰੀਆਂ ਵਗੈਰਾ ਮਿਲ ਜਾਂਦੀਆਂ, ਬਾਕੀ ਸਾਰਾ ਹੋ ਜਾਂਦਾ ਤਾਂ ਇੱਥੋਂ ਹੀ ਆ ਹੈ ਨਾ। ਤਾਂ ਆਹ ਫਲੋਟਿੰਗ ਮਾਰਕੀਟ ਆ ਗਈ, ਇੱਧਰ ਨੂੰ ਚੱਲਾਂਗੇ ਬਾਜ਼ਾਰ, ਇਸ ਤਰਫ ਚੱਲਾਂਗੇ। ਹਾਂ ਸਿਕਿਉਰਿਟੀ ਵਗੈਰਾ ਸਾਰਾ ਕੁਛ ਹੁੰਦਾ ਵਾ, ਇੱਦਾਂ ਕਰਕੇ ਆਪਾਂ ਅਗਲੇ ਪਾਸੇ ਵੱਲ ਚੱਲਦੇ, ਨਾਲੇ ਦੇਖਦੇ ਜਾਂਦੇ ਹਾਂ। ਆ ਫਲੋਟਿੰਗ ਮਾਰਕੀਟ ਜਿਵੇਂ ਨਾ ਸੜਕਾਂ 'ਤੇ ਟ੍ਰੈਫਿਕ ਜਾਮ ਹੋ ਜਾਂਦਾ, ਉਸੇ ਤਰੀਕੇ ਨਾਲ ਇੱਥੇ ਵੀ ਟ੍ਰੈਫਿਕ ਜਾਮ ਹੋ ਜਾਂਦਾ, ਐਸਾ ਹੀ ਹੈ ਨਾ? ਟ੍ਰੈਫਿਕ ਜਾਮ ਹੋ ਜਾਂਦਾ ਹੈ ਫਿਰ ਕਿਆ ਕਰਦੇ ਹੋ? ਲਾਲ ਬੱਤੀ ਤੋਂ ਲੱਗੀ ਨਹੀਂ ਹੈ ਨਾ, ਲਾਲ ਨਾ ਪੀਲੀ ਕੁਛ ਵੀ ਨਹੀਂ ਚੱਲਦਾ, ਐਸੇ ਆਸਤੇ ਆਸਤੇ ਐਸੇ ਨਿਕਲਦਾ। ਇਹ ਤਾਂ ਕਰਕੇ ਸਮਾਨ ਦੁਕਾਨਾਂ ਸਾਰੀਆਂ ਰਾਸ਼ਨ ਦੀਆਂ ਅਤੇ ਕੋਕਾ ਕੋਲਾ ਪਏ ਆ, ਫੈਂਟੇ ਫੁੰਟੇ ਸਪਰਾਈਟ ਪਏ ਆ। ਇਹ ਮਾਰਕੀਟ ਆ ਮਤਲਬ ਤੈਰਦੀ ਹੋਈ ਮਾਰਕੀਟ ਆ, ਜ਼ਿੰਦਗੀ ਸੌਖੀ ਨਹੀਂ ਔਖੀ ਆ ਇਹਨਾਂ ਦੀ। ਇੱਧਰਲੇ ਪਾਸੇ ਚੱਲਦੇ ਜਾਵਾਂਗੇ, ਮਤਲਬ ਜੇ ਕਿਸੇ ਨੇ ਖਰੀਦਣਾ ਵਾ, ਜਿਵੇਂ ਆਪਾਂ ਸਾਈਕਲ ਚੱਕ ਲੈਂਦੇ ਹਾਂ, ਗੱਡੀ ਚੱਕ ਲੈਂਦੇ ਹਾਂ ਨਾ, ਉਵੇਂ ਹੀ ਇਹ ਕਿਸ਼ਤੀ ਕੱਢ ਲੈਂਦੇ ਫਿਰ ਇਹਨੂੰ ਮੌਕੇ 'ਤੇ। ਫਿਰ ਜੇ ਛੇਤੀ ਜਾਣਾ ਫਿਰ ਦੋ ਬੰਦੇ ਬਹਿ ਜਾਂਦੇ ਚੱਪੂ ਤਾਂ ਇੱਕ ਮਗਰਲੇ ਪਾਸੇ, ਜਿਵੇਂ ਤਾਂ ਇੱਕ ਜਿੱਥੇ ਮੈਂ ਬੈਠਾ ਫਿਰ ਉਹ ਤੀਜੀ ਤੀਜੀ ਨਾਲ ਮਾਰਦੇ ਹੋਏ ਸਫ਼ਰ ਤੈਅ ਕਰਦੇ ਜਾਂਦੇ ਆ। ਆਹ ਦੇਖੋ ਕਿਹੜਾ ਐਂ ਕਿਸ਼ਤੀਆਂ 'ਤੇ ਸਮਾਨ ਢੂੰਦੇ ਫਿਰਦੇ ਆ ਆਪਦਾ ਹੈ ਨਾ, ਮੈਂ ਸਪਲਾਈ ਕਰਦੇ ਆ, ਲਿਆਉਂਦੇ ਤਾਂ ਖੈਰ ਉਹ ਵੱਡੇ ਬਾਜ਼ਾਰ ਦੇ ਵਿੱਚੋਂ, ਫਿਰ ਇੱਥੇ ਇੱਕ ਆਪਦੇ ਗੋਦਾਮ ਦਾ ਜਿਹੜੇ ਲੋਕਲਸ ਨੇ ਉਹਨਾਂ ਨੂੰ ਸੁਵਿਧਾ ਹੋ ਜਾਂਦੀ ਹੈ, ਜਿਹੜੇ ਦੂਰ ਨਹੀਂ ਜਾ ਸਕਦੇ ਹੈ ਨਾ, ਉਹ ਫਿਰ ਇੱਥੋਂ ਖਰੀਦਦਾਰੀ ਕਰਕੇ। ਜਾਂ ਫਿਰ ਬਰਫ਼ ਜੰਮ ਜਾਂਦੀ ਤਾਂ ਫਿਰ ਕਿਵੇਂ ਲੈਤੇ ਰਾਸ਼ਨ ਵਗੈਰਾ? ਹਾਂਜੀ ਨਾਓ ਸੇ, ਹੈ ਨਾਓ ਸੇ, ਨਾਓ ਸੇ, ਬਰਫ਼ ਪੇ ਨਾਓ ਚਲਤੀ ਹੈ? ਹਾਂ ਨਾਓ ਜੀ। ਅੱਛਾ ਫਿਰ ਚਲਦੀ ਹੈ, ਕਹਿੰਦੇ ਔਖਾ ਹੋਊਗਾ ਕਿਸ ਤਰੀਕੇ ਨਾਲ ਚਲਦੀ ਹੋਊਗੀ। ਰਸਤਾ ਨਿਕਲਦਾ ਹੈ ਆ, ਹੋਟਲਾਂ ਤੋਂ ਮੈਂ ਸਮਾਨ ਢੋਆ ਢਵਾ ਇੱਦਾਂ ਕਰ ਰਹੇ ਆ ਜਿਹੜੇ ਉੱਧਰ ਰਹੇ ਸੀਗੇ। ਇਹ ਕੀ ਆ? ਕਸ਼ਮੀਰ ਲੈਦਰ ਹਾਊਸ, ਥੈਂਕ ਯੂ ਸਰ, ਥੈਂਕ ਯੂ। ਹਰ ਤਰ੍ਹਾਂ ਦੀ ਲੈਦਰ ਵਗੈਰਾ ਦੇ ਕੱਪੜੇ ਦੀਆਂ ਕੀ ਪਸ਼ਮੀਨਾ, ਇੱਥੇ ਖਾਸ ਕਿਸਮ ਦੀਆਂ ਇੱਥੇ ਬੱਕਰੀਆਂ ਭੇਡਾਂ ਪਾਈਆਂ ਜਾਂਦੀਆਂ ਵਾ ਜਿਹੜੀਆਂ। ਆਹ ਦੇਖੋ ਨਾਓ ਜਾ ਰਹੀ ਆ, ਲੈ ਇਹ ਮੋਟਰ ਬੋਟ ਆ, ਇਹ ਸਪੀਡ ਨਾਲ ਇੱਕਦਮ ਸਪੈਸ਼ਲ ਜਾਂਦੀ ਆ, ਮਤਲਬ ਤੇਜ਼ੀ ਦੇ ਨਾਲ ਹੈ ਨਾ, ਇਹ ਪੂਰਾ ਸਪੀਡ ਵੱਧ ਆ।
ਤੇ ਪਰ ਉਹਦੇ ਵਿੱਚ ਇਹ ਕਿ ਛੇਤੀ ਸਫ਼ਰ ਨਿਬੜ ਜਾਂਦਾ, ਸਾਨੂੰ ਲੱਗਿਆ ਵੀ ਇਹ ਬੈਸਟ ਲੱਗਿਆ ਸਾ ਤਰੀਕਾ। ਤੈਰਦੀ ਹੋਈ ਮਾਰਕੀਟ, ਅੱਡ ਅੱਡ ਪ੍ਰੋਜੈਕਟ ਨੇ, ਇਹ ਡਲੈਕਸ ਲਿਖਿਆ ਹੋਇਆ ਇਹਦੇ 'ਤੇ ਵੀ ਪੂਰੇ, ਆਹ ਜਿਹੜੇ ਕਾਈ ਵਾਲੇ ਬੂਟੇ ਆ ਜਿਹਦੀ ਕਾਹੀ ਵਗੈਰਾ ਦੇ ਉਹ ਬਣਦੇ, ਆਪਣਾ ਕੀ ਕਹਿੰਦੇ ਸੀ ਬਣਦੇ ਇਹਦੇ, ਇਸਕਾ ਕਿਆ ਬਣਤਾ ਥਾ ਇਹ ਬੂਟੀ ਕਾ? ਇਹ ਇਸਕੋ ਬਣਤਾ ਹੈ ਕ੍ਰਿਕਟ ਬੈਟ। ਕ੍ਰਿਕਟ ਬੈਟ ਬਣਦਾ, ਆਹ ਕਸ਼ਮੀਰੀ ਬਿੱਲੋ ਹੈ ਨਾ, ਕਸ਼ਮੀਰੀ ਬਿੱਲੋ ਇਹਦਾ ਕ੍ਰਿਕਟ ਬੈਟ ਵਗੈਰਾ ਬਣਦਾ। ਅਤੇ ਆਹ ਮਾਰਕੀਟ ਵਾਲੇ ਪਾਸੇ ਚੱਲੇ, ਇਹਨੂੰ ਫਲੋਟਿੰਗ ਮਾਰਕੀਟ ਹੈ, ਤੈਰਦੀ ਹੋਈ ਹੈ, ਜੀ ਕਾਉਣ ਤਾਂ ਚੱਕ ਕੇ ਕਿਤੇ ਹੋਰ ਵੀ ਲਿਆ ਸਕਦੇ ਆ। ਇਸ ਤਰੀਕੇ ਦੀ ਇਹ ਮਾਰਕੀਟ ਆ, ਇਹ ਜੰਮੂ ਕਸ਼ਮੀਰ ਅਸੀਂ ਮਈ ਜੂਨ ਦੇ ਵਿੱਚ, ਮਈ ਦੇ ਵਿੱਚ ਮਈ ਆਖਰ 'ਤੇ ਹੈ, ਜੂਨ ਹੀ ਮੰਨ ਲਓ, ਤਾਂ ਟ੍ਰੈਫਿਕ ਬਹੁਤ ਜ਼ਿਆਦਾ, ਥੋੜ੍ਹਾ ਜਿਹਾ ਸਮਾਂ ਲੈ ਕੇ ਤੁਰਿਓ। 1500 ਕਹਿੰਦੇ ਸੀਗੇ ਅਤੇ 2000 ਆਪਣਾ 1200 ਦੇ ਵਿੱਚ ਇਹਦੀ ਗੱਲ ਬਣੀ ਆ। ਅਤੇ ਅਗਲੇ ਪਾਸੇ ਚੱਲਦੇ ਹਾਂ, ਨਾਲੇ ਹੋਰ ਸੁੰਦਰਤਾ ਦਿਖਾਉਂਦੇ ਜਾਵਾਂਗੇ। ਪਾਣੀ ਤਾਂ, ਪਾਣੀ ਬਹੁਤ ਮੈਲਾ ਹੈ, ਪੀਣੇ ਕਾ ਪਾਣੀ ਕਹਾਂ ਸੇ ਲਾਤੇ ਹੈ ਫਿਰ ਜੀ? ਨਲਕਾ ਸੇ, ਨਲਕਾ ਸੇ, ਨਲ ਸੇ, ਨਲਕਾ ਕਬੇ ਇਸਮੇ ਲਗਾ ਹੁਆ ਹੈ, ਬੋਰ ਹੁਆ ਹੈ, ਹਾਂ ਪਾਈਪ ਲਗਾ ਹੁਆ ਹੈ, ਪਾਈਪ ਲੱਗੇ ਪੈਰਾਂ ਪਾਈਪਾਂ ਦੇ ਨਾਲ, ਫਿਰ ਸਪਲਾਈ ਇਸ ਤਰੀਕੇ ਦੀ ਹੋਈ ਆ। ਜਿਵੇਂ ਆਹ ਮਾਤਾ ਚੱਲੀ ਹੈ ਕਿਸੇ ਪਾਸੇ, ਹੈ ਨਾ, ਆਹ ਦੇਖ ਸਕਦੇ ਹੋ, ਲੈ ਬਈ ਚੱਲੀ ਹੋਣੀ ਕਿਤੇ ਵੀ, ਚੱਲ ਮੈਂ ਉੱਧਰ ਜਾਇਆ, ਮੈਂ ਫਲਾਣੇ ਜਾਵਾਂ, ਪੱਲੀ ਰੱਖੀ ਆ, ਹੋ ਸਕਦਾ ਕੋਈ ਪੱਠਾ ਪੁੱਠਾ ਵੱਢਣ ਚੱਲਿਆ ਗਾਂ ਵੱਛੇ ਵਾਸਤੇ। ਮੈਂ ਇਸ ਤਰੀਕੇ ਦੇ ਨਾਲ ਇੱਕ ਆਮ ਗੱਲ ਆ ਵੀ ਕਿਸ਼ਤੀ ਆਹ ਨਿੱਕੀ ਜੀ ਆ, ਅਤੇ ਇਹ ਸਮੇਂ 'ਤੇ ਜਿਹੜੀ ਇਹ ਕਿਸ਼ਤੀਆਂ ਬਣੀਆਂ ਨੇ, ਇਹ ਬਣੇ ਆ, ਇਹ ਦੇਵਦਾਰ ਲੱਕੜੀ ਦੇ ਬਣੇ ਹੋਏ ਆ, ਜਿਹੜੇ ਕਿ ਗਲਦੇ ਨੀਗੇ, 20 ਤੋਂ 25 ਸਾਲ ਦੀ ਕਹਿੰਦੇ ਮਿਆਦ ਹੁੰਦੀ ਹੈ ਇਹਦੀ। ਅਤੇ ਆਹ ਮੈਨੂੰ ਆਖਰੀ ਪੁਆਇੰਟ ਹੈ ਜੇ, ਆਖਰੀ ਪੁਆਇੰਟ ਆ, ਇਸ ਤੋਂ ਬਾਅਦ ਜਿੱਥੋਂ ਆਪਾਂ ਗਾਂ ਤੋਂ ਘੁਮਾ ਲਿਆਵਾਂਗੇ ਪਰਲੇ ਪਾਸਿਓ, ਇਹ ਆਪਾਂ ਨਾ ਡਲ ਝੀਲ ਵਾਲੇ ਪਾਸੇ ਤੈਰਦੇ ਹੋਏ ਫਲੋਟਿੰਗ ਮਾਰਕੀਟ 'ਚ ਆ ਚੁੱਕੇ ਹਾਂ। ਮੈਂ ਸਾਰੀਆਂ ਮਾਰਕੀਟਾਂ ਤੈਰ ਵੀ ਸਕਦੇ ਹਾਂ, ਮਤਲਬ ਉਸ ਤਰੀਕੇ ਢਾਂਚੇ ਬਣੇ ਹੋਏ ਆ, ਖੇਤੀਬਾੜੀ ਵੀ ਇੱਥੇ ਹੁੰਦੀ, ਇੱਥੋਂ ਬਣੀਆਂ ਹੋਈਆਂ ਚੀਜ਼ਾਂ ਇੱਥੇ ਮਾਰਕੀਟ। ਆਖਰੀ ਪੁਆਇੰਟ ਆ ਗਿਆ, ਬਾਅਦ ਇੱਥੋਂ ਫਿਰ ਆਪਾਂ ਘੁੰਮ ਕੇ ਆਪਣੀ ਵਾਪਸੀ ਆਪਾਂ ਨੂੰ ਦਿਖਾਉਂਦੇ ਜਾਣਗੇ ਜੋ ਵੀ ਹੋਇਆ, ਹੈ ਨਾ। ਅਤੇ ਅੱਜ ਉੱਧਰਲੇ ਇੱਥੇ ਔਰਤਾਂ ਮਤਲਬ ਕਿਸ਼ਤੀਆਂ ਚਲਾ ਕੇ ਆਪਦੇ ਕੰਮ ਧੰਦੇ ਕਰਨ, ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਗੁਜ਼ਾਰਾ ਜਾਂਦੀਆਂ ਨੇ, ਜਿਵੇਂ ਉਹ ਇੱਕ ਆ ਰਹੀ ਹੈ ਇੱਧਰਲੇ ਪਾਸਿਓ। ਇਸ ਤਰੀਕੇ ਦਾ ਇਹ ਸਫ਼ਰ ਆ, ਅਤੇ ਇਸ ਤਰੀਕੇ ਦੀ ਇਹਨਾਂ ਦੀ ਜ਼ਿੰਦਗੀ ਆ। ਜ਼ਿਆਦਾਤਰ ਇੱਥੇ ਦੇਵਦਾਰ ਦੀ ਲੱਕੜੀ ਵਰਤੀ ਗਈ ਆ ਆਹ ਏਰੀਏ ਦੇ ਵਿੱਚ। ਬਹੁਤ ਸੋਹਣੇ ਸੋਹਣੇ ਕਈ ਹੋਟਲ ਵੀ ਕਹਿ ਲਓ ਕਿ ਜਿਵੇਂ ਸਮੁੰਦਰੀ ਜਹਾਜ਼ ਹੁੰਦੇ ਆ ਨਾ, ਉਹ ਹਿਸਾਬ ਕਿਤਾਬ ਦਾ ਮਤਲਬ ਮਾਹੌਲ ਆ, ਉਹ ਹਿਸਾਬ ਕਿਤਾਬ ਦੇ ਸਮੁੰਦਰੀ ਜਹਾਜ਼ਾਂ ਦੀਆਂ ਤਰ੍ਹਾਂ ਖੜੀਆਂ ਸੀ। ਜੀ ਸੰਮੇਲਨ ਜਦੋਂ G20 ਹੋਇਆ ਸੀਗਾ, ਉਦੋਂ ਇਹ ਏਰੀਏ ਨੂੰ ਸਾਰਿਆਂ ਨੂੰ ਰਿਜ਼ਰਵ ਕਰਤਾ ਗਿਆ ਸੀਗਾ, ਮਤਲਬ ਕਰਫਿਊ ਇੱਕ ਕਿਸਮ ਦਾ ਲੱਗ ਗਿਆ ਸੀ। ਐਕਸੀਡੈਂਟ ਇਹਨਾਂ ਦੇ ਵੀ ਹੋ ਜਾਂਦੇ ਆ, ਮਸਾਂ ਬਚੇ ਆ, ਟਕਰਾਅ ਹੋ ਗਿਆ ਸੀ ਇਹਦੇ ਨਾਲ, ਹਾਂ ਐਕਸੀਡੈਂਟ ਇਹਨਾਂ ਦੇ ਉੱਧਰ ਨਾਲ ਭੜ ਗਈ। ਲੈ ਗੱਲ ਕਰ, ਝਰੀਟਾਂ ਪੈਣ ਦਾ ਡਰ ਨਹੀਂ ਗਾ, ਰੰਗ ਲੈਣ ਦਾ ਡਰ ਨਹੀਂ, ਪਰ ਕੰਮ ਇਹਨਾਂ ਨੇ ਵੀ ਕਰਤਾ ਸੀ ਉਹੀ। ਆਹ ਕਸ਼ਮੀਰੀ ਬਿੱਲੋ ਆ ਗਿਆ, ਜਿਹਦੇ ਟ੍ਰੀ ਬਣ ਆਪਣਾ ਬੈਟ ਬਣਦੇ ਆ। ਹਾਂ ਮਾਰਕੀਟ ਢਹਿ ਵੀ ਜਾਂ ਟੁੱਟ ਵੀ ਜਾਂਦੀਆਂ ਮਾਰਕੀਟਾਂ ਇੱਧਰਲੇ ਪਾਸੇ, ਹੈ ਨਾ, ਤਾਂ ਉਸ ਹਿਸਾਬ ਕਿਤਾਬ ਦਾ ਇੱਧਰ ਬੈਠੀ ਹੈ। ਆਹ ਇੱਥੇ ਇੱਥੇ ਬੈਠ ਕੇ ਸਵਾਦ ਆ, ਇੱਥੇ ਕਮਾਲ ਦਾ ਦ੍ਰਿਸ਼ ਕਿਉਂ ਵੀ ਆ ਰਹੇ ਸਹੀ, ਵਿਊ ਸ਼ਾਨਦਾਰ ਆ। ਕਮਲ ਦੇ ਫੁੱਲਾਂ ਫਲਾਂ ਦੀ ਖੇਤੀ ਹੋਈ ਜਾਂਦੀ ਹੈ ਇੱਧਰ। ਆਹ ਕੀ ਕਿਹੜਾ ਰੁੱਖ ਹੋਇਆ, ਜੇ ਕੌਣ ਸਾ ਰੁੱਖ ਪੇੜ ਹੈ, ਜੇ ਪਿੱਪਲ ਹੈ, ਪਿੱਪਲ ਦੀ ਨਸਲ ਆ, ਕੋਈ ਹੋ ਪਿੱਪਲ ਨਹੀਂ ਗਾ, ਪਿੱਪਲ ਦੀ ਨਸਲ ਕੋਈ ਹੋਰ ਆ ਇਹ। ਅਤੇ ਉਸ ਤਰੀਕੇ ਦਾ ਸੀਗਾ, ਹੁਣ ਆਪਾਂ ਫਲੋਟਿੰਗ ਮਾਰਕੀਟ 'ਚੋਂ ਬਾਹਰ ਵਾਲੇ ਪਾਸੇ ਨੂੰ ਚੱਲਦੇ ਹਾਂ। ਆ ਜਿਵੇਂ ਵਾਲੇ ਗੰਢੇ ਗੁੰਢੇ ਸਬਜ਼ੀ ਸੁਬਜ਼ੀ ਖਰੀਦ ਕੇ ਚੱਲੇ ਆ, ਟਮਾਟਰ ਟਮੂਟਰ, ਤਾਂ ਇਹਦੇ ਬਿਨਾਂ ਉਹਦੇ ਫੁੱਲਾਂ ਵਾਲਾ ਆ ਗਿਆ, ਉਹਦੇ ਫੁੱਲ ਖੂਬਸੂਰਤ ਫੁੱਲ ਆ, ਇੱਦਾਂ ਮਤਲਬ ਫੁੱਲਾਂ ਵਗੈਰਾ ਵੀ, ਫਲ ਵਗੈਰਾ ਵੀ ਮਤਲਬ ਇੱਦਾਂ ਵੇਚਦੇ ਤੁਰੇ ਆਉਂਦੇ ਆ, ਹੈ ਨਾ। ਇਹ ਆਮ ਆ, ਇਹ ਕੋਈ ਉੱਦਾਂ ਮਤਲਬ ਟੂਰਿਸਟ ਨਹੀਂ ਗਏ, ਟੂਰਿਸਟ ਤਾਂ ਵਿਰਲੇ ਵਿਰਲੇ ਆਉਂਦੇ ਰਾਹ 'ਚੋਂ, ਪਰ ਅਦਰਵਾਈਜ਼ ਦੂਜੇ ਆ ਇਹ ਸਾਰੇ ਆਮ ਰੋਜ਼ਾਨਾ ਜ਼ਿੰਦਗੀ ਵਾਲੇ। ਅਸੀਂ ਆਏ ਸੀ 13 ਨੰਬਰ ਘਾਟ ਤੋਂ ਚੜ੍ਹੇ ਸੀ ਅਸੀਂ, 13 ਨੰਬਰ ਘਾਟ ਸੀ ਮੇਰੇ ਖਿਆਲ 'ਚ, ਉੱਥੋਂ ਬੈਠੇ ਸੀ, ਉੱਥੋਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦਿਸੀਆਂ ਸੀਗੀਆਂ। 13 ਨੰਬਰ ਘਾਟ ਅਤੇ 14 ਨੰਬਰ ਘਾਟ 'ਤੇ ਸੀਗਾ ਆਪਣਾ ਪੋਸਟ ਆਫਿਸ, ਜਿਹੜਾ ਫਲੋਟਿੰਗ ਪੋਸਟ ਆਫਿਸ ਕਹਿੰਦੇ ਜਿਹਨੂੰ, ਤੈਰਦਾ ਹੋਇਆ
ਇਹ ਸੀ ਆ ਜ਼ਬਰਬਾਨ ਦੀ ਪਹਾੜੀ ਰੇਂਜ ਆ ਗਈ ਸ਼੍ਰੀਨਗਰ ਦੇ ਵਿੱਚ। ਸ਼ੁਕੋ ਹੁਣ ਆਪਾਂ ਇਹ ਸਫ਼ਰ ਮੁਕਾ ਲਿਆ ਵਾ, ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਾਂਗੇ। ਆਪਾਂ ਜੰਮੂ ਕਸ਼ਮੀਰ ਦੇ ਵਿੱਚ ਸੀ ਸ਼੍ਰੀਨਗਰ ਦੇ ਵਿੱਚ, ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ। ਮਿਹਰਬਾਨੀ, ਧੰਨਵਾਦ।